ਇੱਥੇ ਰਹਿੰਦੇ ਇਹਨਾਂ ਦਾ ਕਿੰਨਾ ਦਾ ਘਰ ਸੀ ਇੱਥੇ ਉੱਤੇ ਰਿਹਾਇਸ਼ ਮੇਰੀ ਸੀ ਠੀਕ ਹੈ ਜੀ ਇੱਥੇ ਜਗ੍ਹਾ ਦੇ ਉੱਪਰ ਰਿਹਾਇਸ਼ ਮੇਰੀ ਸੀ ਕੋਈ ਤਕਰੀਬਨ ਮੇਰਾ ਖਿਆਲ ਕੋਈ 8-10 ਸਾਲ ਮੈਂ ਇੱਥੇ ਰਿਹਾ ਠੀਕ ਹੈ ਜੀ ਬੱਚੇ ਰਹੇ ਨੇ ਮੈਂ ਦੁਬਈ ਚਲ ਗਿਆ ਵਾਂ ਦੁਕਾਨ ਤੋਂ ਠੀਕ ਹੈ ਦੁਬਈ ਤੋਂ 8-9 ਸਾਲ ਮੈਂ ਉੱਥੇ ਰਿਹਾ ਉਸ ਤੋਂ ਬਾਅਦ ਫਿਰ ਇੱਥੇ ਆਏ ਹਾਂ ਇਹ ਬੇਟਾ ਦੀਰ ਸਾਹਿਬ ਨੇ ਜਿਹੜੇ ਇਹਨਾਂ ਦੇ ਬੈਠੇ ਵੱਡੇ ਨੇ ਜਿਹਨਾਂ ਦੀ ਸ਼ਾਦੀ ਸੀ ਅਤੇ ਮੈਨੂੰ ਕਹਿਣ ਲੱਗਾ ਯਾਰ ਹੁਣ ਕੋਈ ਆਪਣੀ ਜਗ੍ਹਾ ਦਾ ਕੋਈ ਹਿਸਾਬ ਤਾਂ ਲਾਈਏ ਅਤੇ ਉੱਥੇ ਮਨਾਵੇਂ ਜੱਲੋ ਦੇ ਲਾਗੇ ਮਨਾਵਾਂ ਬਾਗ ਵਾਲੀ ਪੁਲੀ ਉੱਥੇ ਮੇਰੀ ਰਿਹਾਇਸ਼ ਮੈਂ ਉੱਥੇ ਮਕਾਨ ਲਿਆ ਹੁਣ ਅਤੇ ਉੱਥੇ ਮੈਂ ਚਲ ਗਿਆ ਵਾਂ ਇਹ ਸ਼ਾਦੀ ਤੋਂ ਮੇਰਾ ਕੋਈ 2 ਮਹੀਨਾ ਕੁ ਬਾਅਦ ਠੀਕ ਹੈ ਜੀ ਮਹੀਨਾ ਵੀ ਨਹੀਂ ਮੇਰਾ ਗੁਜ਼ਰਿਆ ਸ਼ਾਦੀ ਤੋਂ ਬਾਅਦ ਮੈਂ ਉੱਥੇ ਚਲ ਗਿਆ ਇਹ ਉਦੋਂ ਪਿੰਡ ਦਾਵਤ ਖਾਨ ਗਿਆ ਸੀ ਬੇਟੇ ਦੀ ਸ਼ਾਦੀ ਸੀ ਪਿੰਡ ਛੋਟਾ ਭਾਈ ਮੇਰੇ ਤੋਂ ਛੋਟਾ 2 ਸਾਹਿਬ ਬਾਲੀ ਕੇ ਹੁੰਦੇ ਨੇ ਉੱਥੇ ਦਾਵਤ ਖਾਨ ਗਏ ਨੇ ਅਤੇ ਮੈਂ ਇਹ ਮਗਰੋਂ ਆਏ ਨੇ ਅਤੇ ਇਹਨਾਂ ਨੇ ਪਤਾ ਕੀਤਾ ਵੀ ਕਿੱਥੇ ਗਿਆ ਖਾਲਸ ਉਹਨੇ ਕਿਹਾ ਜੀ ਉਹ ਚਲ ਗਿਆ ਆਪਣੇ ਘਰ ਮੋਟਾ ਮੋਟਾ ਸਮਾਨ ਮੈਂ ਪਹਿਲੇ ਲੈ ਗਿਆ ਮੈਂ ਸ਼ਾਦੀ ਤੱਕ ਹੁਣ ਇੱਥੇ ਹੀ ਹਾਂ ਉਸ ਤੋਂ ਬਾਅਦ ਮੈਂ ਨਿੱਕਾ ਨਿੱਕਾ ਸਮਾਨ ਜਿਹੜਾ ਹੈਗਾ ਸੀ ਮੈਂ ਚਲ ਗਿਆ ਉਸੇ ਦਿਨ ਹੀ ਫਿਰ ਰਾਤ ਜੋ ਪਿੰਡੋਂ ਆਇਆ ਦਾਵਤ ਖਾ ਕੇ ਫਿਰ ਉਸੇ ਵੇਲੇ ਮੇਰੇ ਕੋਲ ਗਿਆ ਅਤੇ ਮੇਰਾ ਮਕਾਨ ਹੈ ਜੀ ਵੇਖ ਕੇ ਮੈਨੂੰ ਕਹਿੰਦਾ ਯਾਰ ਕਿਆ ਬਾਤ ਜ਼ਬਰਦਸਤ ਮਕਾਨ ਬਹੁਤ ਖੁਸ਼ ਹੋਇਆ ਕਿ ਛੋਟੇ ਭਾਈ ਨੇ ਬਹੁਤ ਖੁਸ਼ ਬਹੁਤ ਜ਼ਿਆਦਾ ਖੁਸ਼ ਹੋਇਆ ਬਹੁਤ ਜ਼ਿਆਦਾ ਖੁਸ਼ ਹੋਇਆ ਠੀਕ ਹੋ ਗਿਆ ਕਹਿੰਦਾ ਯਾਰ ਇਹਨਾਂ ਪੈਸਾ ਤੇਰੇ ਕੋਲ ਕਿੱਥੋਂ ਆ ਗਿਆ ਮੈਂ ਯਾਰ ਬਸ ਅੱਲਾ ਪਾਕ ਦਿੱਤਾ ਸੀ ਮੈਂ ਲਾਤਾ ਕਮੇਟੀਆਂ ਕਮੂਟੀਆਂ ਹੈਗੀਆਂ ਸੀ ਇਹ ਠੀਕ ਹੈ ਅਤੇ ਬਸ ਉਸ ਤੋਂ ਬਾਅਦ ਫਿਰ ਮੈਂ ਉੱਥੇ ਕੋਈ ਹਫ਼ਤਾ 10 ਦਿਨ ਰਿਹਾ ਵਾਂ ਉਸ ਤੋਂ ਬਾਅਦ ਪਤਾ ਲੱਗ ਇਸ ਬੇਟੀ ਨੇ ਮੈਨੂੰ ਫੋਨ ਕੀਤਾ ਕਿ ਚਾਚਾ ਕਿੱਥੇ ਮੈਂ ਘਰ ਇਹ ਅੱਬੜੂ ਕੋ ਗੋਲੀ ਮਾਰ ਗਿਆ ਅੱਬੜੂ ਗੋਲੀ ਮਾਰ ਗਿਆ ਮੈਂ ਕੀ ਹੋਇਆ ਕੀ ਬਸ ਫੋਨ ਬੰਦ ਉਹ ਵੱਡਾ ਬੇਟਾ ਮੇਰਾ ਖਾਵਰ ਉਹ ਘਰ ਸੁੱਤਾ ਉਹ 12-1 ਵਜੇ ਜਾਂਦਾ ਕੰਮ 'ਤੇ 10 ਵਜੇ ਦਾ ਵਾਕਿਆ 10:15 10:30 ਇੰਨੇ ਵਜੇ ਦੁਕਾਨਾਂ ਮਾਰਕੀਟ ਖੁੱਲ੍ਹਦੀ ਸੀ ਸ਼ਾਮ ਵੀ ਜੀ ਅਤੇ ਉਹਨੂੰ ਮੈਂ ਖਾਵਰ ਉਠਾਇਆ ਮੈਂ ਖਾਵਰ ਉੱਠੀ ਆ ਤਾਏ ਤੇ ਨੂੰ ਗੋਲੀਆਂ ਕੋ ਮਾਰ ਗਈ ਤਾਏ ਤੇ ਨੂੰ ਗੋਲੀਆਂ ਮਾਰ ਗਏ ਬੇਟੀ ਨੂੰ ਮੈਂ ਫੋਨ ਕੀਤਾ ਇਹਨੂੰ ਮੈਂ ਬੇਟਾ ਕਿੱਥੇ ਹੈਗੇ ਕਿੱਥੇ ਹੁਣ ਤੁਸੀਂ ਇਹ ਸ਼ਾਲੀਮਾਰ ਅਸੀਂ ਦਵਾ ਮੋਟਰਸਾਈਕਲ ਭਜਾਈ ਸ਼ਾਲੀਮਾਰ ਆਏ ਹਾਂ ਸ਼ਾਲੀਮਾਰ ਅਜੇ ਥੋੜ੍ਹੇ ਪਿੱਛੇ ਹੀ ਪਹੁੰਚੇ ਫਿਰ ਫੋਨ ਕੀਤਾ ਅਸੀਂ ਚਾਚਾ ਸਰਵਿਸ ਲੈ ਕੇ ਚੱਲੇ ਹਾਂ ਮੈਂ ਚੱਲ ਜਾ ਖਾਵਾ ਸਰਵਿਸ ਚੱਲੀਏ ਅਸੀਂ ਸਰਵਿਸ ਪਹੁੰਚੇ ਹੀ ਨਹੀਂ ਅਜੇ ਤੇ ਜਾਂਦੇ ਨੂੰ ਵੱਲਣ ਪਿਆਰੇ ਹੋ ਗਏ ਠੀਕ ਹੋ ਗਿਆ ਅਤੇ ਪੁਲਿਸ ਨੇ ਤਾਂ ਸਾਰਾ ਬੇਟੇ ਦੇ ਉਹਨਾਂ ਨੇ ਮੁਕੱਦਮੇ ਦਾ ਮੁਦਈ ਉਹਨੇ ਦੱਸਿਆ ਕੋਈ ਰਿਸ਼ਤੇਦਾਰਾਂ ਦੇ ਸ਼ੱਕ ਹੈ ਤੁਹਾਡੀ ਵੀ ਜ਼ਾਹਿਰ ਰਿਸ਼ਤੇਦਾਰੀ ਹੋਏਗੀ ਕਿਹਨਾਂ ਨੇ ਕਤਲ ਕਰਵਾਇਆ ਜਾਂ ਕੀਤਾ ਸਰ ਰਿਸ਼ਤੇਦਾਰੀ ਦਾ ਜਿਹੜਾ ਤਲਕ ਹੈ ਨਾ ਉਹ ਸਾਡਾ ਬਹੁਤ ਜ਼ਿਆਦਾ ਸੀ ਇਹਨਾਂ ਮੁੰਡਿਆਂ ਦੇ ਨਾਲ